ਐਨਕਾਂ ਹੋਣ ਚਾਹੇ ਬਾਕੀ ਚੀਜ਼ਾਂ ਹੋਣ, ਤਾਂ ਇਹ ਤਮਾਮ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਇਸ ਵਕਤ ਇਸ ਜਗ੍ਹਾ ਦੇ ਉੱਪਰ ਦਿਖਾਈ ਦੇ ਰਹੀਆਂ ਨੇ। ਤਾਂ ਪ੍ਰਸ਼ਾਸਨ ਕਿਹਾ ਜਾ ਰਿਹਾ ਸੀ ਕਿ 5-10 ਮਿੰਟ 'ਚ ਪਹੁੰਚ ਸਕਦਾ, ਕੀ ਪ੍ਰਸ਼ਾਸਨ ਪਹੁੰਚਿਆ ਜਾਂ ਨਹੀਂ, ਉਹ ਵੀ ਜਿਹੜੀ ਇੱਕ ਕੋਸ਼ਿਸ਼ ਹੈ ਉਹ ਕੀਤੀ ਜਾਏਗੀ। ਤਾਂ ਇਹ ਤਮਾਮ ਤਸਵੀਰਾਂ ਨੇ ਜਿਹੜੀਆਂ ਨਜ਼ਰ ਆ ਰਹੀਆਂ ਨੇ, ਔਰ ਇੱਕ ਵਾਰੀ ਫਿਲਹਾਲ ਜਿਹੜਾ ਇਸ ਜਗ੍ਹਾ ਦੇ ਉੱਪਰੋਂ ਜਗਜੀਤ ਸਿੰਘ ਡੱਲੇਵਾਲ ਹੋਣ, ਤਮਾਮ ਜਿਹੜੀ ਲੀਡਰਸ਼ਿਪ ਹੋਵੇ, ਤਾਂ ਪ੍ਰਸ਼ਾਸਨ ਇਸ ਵਕਤ ਗੱਲਬਾਤ ਕਰਨ ਦੇ ਲਈ ਪਹੁੰਚੇ ਹੈਗਾ। ਇਹ ਜਿਹੜੀ ਜਾਣਕਾਰੀ ਹੈਗੀ ਉਹ ਪਹੁੰਚ ਰਹੀ ਹੈ ਕਿ ਪ੍ਰਸ਼ਾਸਨ ਇਸ ਵਕਤ ਗੱਲਬਾਤ ਦੇ ਲਈ ਆਇਆ ਹੋਇਆ ਹੈਗਾ। ਤਾਂ ਅੱਗੇ ਥੋੜ੍ਹਾ ਜਾ ਕੇ ਕੈਮਰਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਇੱਕ ਦੀ ਫਿਲਹਾਲ ਦੀ ਘੜੀ ਦੇਖ ਰਹੇ ਹੋ ਕਿ ਜਿਹੜੀ ਤਮਾਮ ਲੀਡਰਸ਼ਿਪ ਹੈਗੀ ਉਹ ਜਿਹੜੀ ਇਸ ਵਕਤ ਕਹਿ ਲਈਏ ਕਿ ਪ੍ਰਸ਼ਾਸਨ ਦੇ ਨਾਲ ਜਿੱਥੇ ਗੱਲਬਾਤ ਦਾ ਸੱਦਾ ਆਉਂਦਾ ਜ਼ਿਕਰ ਹੋਏਗਾ, ਤਾਂ ਉਹਨਾਂ ਦੇ ਨਾਲ ਜਿਹੜੀ ਇੱਕ ਮੁਲਾਕਾਤ ਹੈਗੀ ਉਹ ਇਸ ਜਗ੍ਹਾ ਦੇ ਉੱਪਰ ਕੀਤੀ ਜਾਏਗੀ। ਜਿਹੜਾ ਤਮਾਮ ਪ੍ਰਸ਼ਾਸਨ ਹੈ ਜਿਹੜਾ ਆਗੇ ਜਾਏਗੇ, ਪੀਸਫੁਲੀ ਸਰਕਾਰ ਪ੍ਰਹਾਰ ਕਰੇਗੀ, ਖਾਲੀ ਹੱਥੋਂ ਸੇ ਜੁੜੇਗੀ ਸਰਕਾਰ ਹਮਾਰੇ ਉੱਪਰ ਅਟੈਕ ਕਰਨ ਕੇ ਲਿਏ ਤਿਆਰ ਹੋ ਗਈ। ਬੀਐਸਐਫ ਪੰਜਾਬ ਮੇਂ ਵੀ ਘੁਸਾਈ ਗਈ, ਹਮ ਆਪਣੇ ਜਵਾਨੋਂ ਕੇ ਉੱਪਰ ਅਟੈਕ ਨਹੀਂ ਕਰੇਂਗੇ, ਵੋ ਹਮਾਰੇ ਹੈ। ਹਮ ਸਰਕਾਰ ਸੇ ਆਜ ਵੀ ਮਾਂਗ ਕਰੇਂਗੇ ਕਿ ਦਿੱਲੀ ਸੇ ਬੜਾ ਫੈਸਲਾ ਕਰੇ, ਆਪ ਕਹੇ ਕਿ ਐਮਐਸਪੀ ਕਾ ਗਰੰਟੀ ਕਾਨੂੰਨ ਬਣਾਏਂਗੇ, ਯੇ ਸਾਰੀ ਸਥਿਤੀ ਸਮਾਪਤ ਹੋ ਸਕਦੀ ਹੈ। ਇਸ ਗਤੀ ਦੇ ਨਾਲ ਇਹ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਸੀ ਕਿ ਕਿਸ ਤਰੀਕੇ ਦੇ ਨਾਲ ਲਗਾਤਾਰ ਜਿਹੜੇ ਕਿਸਾਨ ਲੀਡਰ ਨੇ ਉਹ ਗੱਲਬਾਤ ਦਾ ਸਿਲਸਿਲਾ ਉਹਨਾਂ ਦੇ ਵੱਲੋਂ ਜਾਰੀ ਰੱਖਿਆ ਗਿਆ ਹੈਗਾ। ਗੱਲਬਾਤ ਦਾ ਜਿਹੜਾ ਸਿਲਸਿਲਾ ਹੈਗਾ ਉਹ ਇਸ ਵਕਤ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਕਿ